ਫਰੀਦਕੋਟ ਜ਼ਿਲ੍ਹੇ ਦੇ ਹਲਕਾ ਕੋਟਕਪੂਰਾ ਦੇ ਪਿੰਡ ਵਾੜਾ ਦਾਰਕਾ ਤੋਂ ਦਿਲ ਦਹਿਲਾਉਣ ਵਾਲੀ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਕਲਯੁਗੀ ਪੁੱਤ ਨੇ ਆਪਣੇ ਹੀ ਪਿਤਾ ਦਾ ਕਤਲ ਕਰਕੇ ਖੁਦ ਲਾਸ਼ ਪੱਖੇ ਨਾਲ ਲਟਕਾ ਦਿੱਤੀ ਅਤੇ ਪਿਓ ਦੇ ਕਤਲ ਦਾ ਡਰਾਮਾ ਕੀਤਾ ਹੈ। ਬਾਅਦ ਵਿੱਚ ਸੰਸਕਾਰ ਵੀ ਕੀਤਾ ਗਿਆ। ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਮ੍ਰਿਤਕ ਸਿਕੰਦਰ ਸਿੰਘ ਨੇ ਆਪਣੀ ਧੀ ਨੂੰ ਬਾਹਰ ਭੇਜਣ ਦੇ ਲਈ 17 ਲੱਖ ਰੁਪਏ ਦੇਣੇ ਸਨ, ਜਿਸ ਕਰਕੇ ਉਸ ਨੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ। DSP ਕੋਟਕਪੂਰਾ ਬਲਕਾਰ ਸਿੰਘ ਸੰਧੂ ਨੇ ਇਸ ਮੌਕੇ 'ਤੇ ਜਾਣਕਾਰੀ ਦਿੰਦਿਆਂ ਕਿਹਾ, ਹਾਕਮ ਸਿੰਘ ਥਾਣਾ ਸਦਰ ਕੋਟਕਪੂਰਾ ਨੂੰ ਇਤਲਾਹ ਮਿਲੀ ਕਿ ਲਖਵਿੰਦਰ ਸਿੰਘ ਉਰਫ ਲੱਖੀ ਸਾਨਾ ਸਿਕੰਦਰ ਸਿੰਘ ਰਾਣਾ ਵਾਸੀ ਵਾੜਾ ਦਰਾਕਾ ਨੇ ਆਪਣੇ ਬਾਪ ਸਿਕੰਦਰ ਸਿੰਘ ਦਾ ਸਾਫੇ ਨਾਲ ਫਾਹਾ ਦੇ ਕੇ ਕਤਲ ਕਰਕੇ ਉਸਦੀ ਬਾਡੀ ਨੂੰ ਪੱਖੇ ਨਾਲ ਲਟਕਾ ਦਿੱਤਾ। ਉਸ ਤੋਂ ਬਾਅਦ ਉਸਦਾ ਸੰਸਕਾਰ ਕਰਕੇ ਉਸਦਾ ਭੋਗ ਵੀ ਪਵਾਤਾ ਅਤੇ ਉਸਦੀਆਂ ਅਸਥੀਆਂ ਜਿਹੜੀਆਂ ਉਹ ਜਲ ਪ੍ਰਵਾਹ ਕਰ ਦਿੱਤੀਆਂ। ਇਸ ਇਨਫੋਰਮੇਸ਼ਨ 'ਤੇ ਮੁਕੱਦਮਾ ਨੰਬਰ 28/10/4/19 ਅਧੀਨ ਧਾਰਾ 302-201 ਥਾਣਾ ਸਦਰ ਕੋਟਕਪੂਰਾ ਦਰਜ ਰਜਿਸਟਰ ਕੀਤਾ ਗਿਆ, ਜਿਹਦੇ ਵਿੱਚ ਮੁਕੱਦਮਾ ਦੇ ਦੋਸ਼ੀ ਲਖਵਿੰਦਰ ਸਿੰਘ ਉਰਫ ਲੱਖੀ ਨੂੰ 13/4/19 ਨੂੰ ਹਸਪਜਾਬਤਾ ਅਨੁਸਾਰ ਗ੍ਰਿਫਤਾਰ ਕਰਕੇ ਉਸ ਪਾਸੋਂ ਪੌੜੀ ਅਤੇ ਕੱਪੜੇ ਜਿਹੜੇ ਆ ਬਰਾਮਦ ਕਰਵਾਏ ਗਏ ਆ, ਅਤੇ ਜਿਹੜਾ ਪੁਲਿਸ ਰਿਮਾਂਡ 'ਤੇ ਜਿਹਦੇ ਕੋਲ ਹੋਰ ਮਜੀਦ ਪੁੱਛਗਿੱਛ ਜਾਰੀ ਹੈ, ਪੁੱਛਗਿੱਛ ਤੋਂ ਹੋਰ ਸੁਰਾਗ ਲੱਗਣ ਦੀ ਆਸ ਹੈ। ਵਜ੍ਹਾ ਰੰਜਿਸ਼ ਇਹ ਸੀਗੀ ਕਿ ਸਿਕੰਦਰ ਸਿੰਘ ਉਰਫ ਰਾਣਾ ਆਪਣੀ ਲੜਕੀ ਅਮਨਦੀਪ ਕੌਰ ਨੂੰ 17 ਲੱਖ ਰੁਪਈਆ ਬਾਹਰ ਜਾਣ ਵਾਸਤੇ ਦੇਣਾ ਚਾਹੁੰਦਾ ਸੀ, ਜਿਸ ਦਾ ਉਸਦਾ ਬੇਟਾ ਲਖਵਿੰਦਰ ਸਿੰਘ ਵਿਰੋਧ ਕਰਦਾ ਸੀ। ਇਸੇ ਗੱਲ ਕਰਕੇ ਉਸਨੇ ਆਪਣੇ ਬਾਪ ਦਾ ਕਤਲ ਕੀਤਾ।